दूसरा पट साहबान भगत जी गुरसिख जिन्हां दी मर्जी रसना तो तुरकी बाणी आए पर एक एक अखर दे अंदर बोल खुद निरंकार आप ही रिहा है सन जात दसन लई सरकारां ने कुछ भगतां दे नां रखे ते कुछ पट्टां दे वखरे वखरे इलाके जात जन्मां वखरे वखरे कारण पर अंदर इको निरंकार का प्यार ते उहदी शक्ति काम कर रहे ਜਦੋਂ ਤੁਸੀਂ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਦਰ ਤੇ ਬਹੁਤ ਪਿਆਰ ਨਾਲ ਜੁੜਦੇ ਹੋ ਤੇ ਜੁੜ ਕੇ ਭਾਵੇਂ ਅਰਦਾਸ ਆਪਾਂ ਕਰੀਏ ਦੁਨੀਆਂ ਦੇ ਕਿਸੇ ਮੁਲਕ ਅੰਦਰ ਪਰ ਇੱਕ ਸ਼ਬਦ ਕਾਰ ਸਿੱਖ ਜ਼ਰੂਰ ਅਰਦਾਸ ਵਿੱਚ ਮੰਗਦਾ ਦਾਤਾ ਮੈਨੂੰ ਕੇਸਾਂ ਦਾ ਦੀਦਾਰ ਕਰੇ ਨਾਮ ਦਾ ਵੀ ਕਰੀ ਗਰੀਬ ਅਨਵਾਦ ਮੈਂ ਤੇਰੇ ਤੋਂ ਕੁਛ ਦਾਨ ਮੰਗਦਾ ਸਿੱਖੀ ਦਾ ਦਾਨ ਰਹਿਤ ਦਾ ਦਾਨ ਗਾਨਾ ਸਰਦਾਨ ਨਾਮ ਦਾ ਪਰ ਇੱਕੋ ਇੱਕ ਨਾਲ ਹੋਰ ਚੀਜ਼ ਅਸੀਂ ਮੰਗਦੇ ਹਾਂ ਨਾਮ ਤੇ ਸਿੱਖੀ ਦੇ ਨਾਲ ਉਹ ਹੈ ਸ੍ਰੀ ਅੰਮ੍ਰਿਤਸਰ ਜੀ ਦਾ ਦਰਸ਼ਨ ਕਿਸ਼ਨਾ ਕਾਰਨ ਨਿਰੰਕਾਰ ਨੇ ਜੋ ਆਪਣੀ ਧਰਤੀ ਖੇਡ ਜਗਤ ਨੂੰ ਦਿਖਾਣੀ ਸੀ ਸਤਿਗੁਰਾਂ ਨੇ ਉਹ ਗੁਰੂ ਰਾਮਦਾਸ ਪਿਤਾ ਦੇ ਉਸ ਅਸਥਾਨ ਤੋਂ ਦਿਖਾ ਰਹੇ ਨੇ ਜੁਗਾਂ ਤੱਕ ਦਿਖਾਣਗੇ ਜੇ ਕਿਸੇ ਨੇ ਰੱਬ ਦੀ ਕੋਈ ਹੋਰ ਗੱਲ ਸਮਝਣੀ ਹੋਏ ਹਰਿਮੰਦਰ ਸਾਹਿਬ ਤੋਂ ਗੁਰੂ ਕੇ ਪਿਆਰੇ ਸਿੱਖ ਸਕਦਾ ਤੇ ਜਾਣ ਸਕਦਾ ਜੇ ਕਿਸੇ ਨੇ ਸਤਿਗੁਰੂ ਜੀ ਦੇ ਘਰ ਖਜ਼ਾਨਾ ਕਿੰਨਾ ਕੁ ਵੱਡਾ ਪਿਆ ਹੈ ਦਰਸ਼ਨ ਕਰਨੇ ਹੋਣ ਤੇ ਉੱਚ ਜਾਤੀ ਕਰੋ ਪਿਆਰੇ ਜੇ ਕਿਸੇ ਨੇ ਇਹ ਵੇਖਣਾ ਹੋਏ ਸਤਿਗੁਰੂ ਦੀਆਂ ਮਿਹਰਾਂ ਤੇ ਸਾਡੀ ਕੀ ਆਪਣੀ ਪਾਇਆ ਮਨੁੱਖ ਦੀ ਉਹ ਵੇਖੋ ਪਰ ਉਚੇਚੇ ਤੌਰ ਤੇ ਜਦੋਂ ਅੰਮ੍ਰਿਤ ਵੇਲੇ ਸਤਿਗੁਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਪ੍ਰਕਾਸ਼ ਹੋਣੇ ਹੁੰਦੇ ਮਹਾਰਾਜ ਜੀ ਅਜੇ ਆਈ ਤੇ ਕੀਰਤਨ ਪਹਿਲਾ ਪ੍ਰਾਰੰਭ ਹੈ ਸੰਤਾਂ ਉੱਚੇ ਖਾਜਰ ਨੇ ਸਤਿਗੁਰੂ ਦੀ ਕਿਰਪਾ ਕਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੋਹਣੀਆਂ ਪਾਲਕੀਆਂ ਵਿੱਚ ਸੱਜ ਕੇ ਉਧਰ ਤੁਰਦੇ ਕਰ ਸੰਤਾਂ ਸੈਂਕੜੇ ਦੀ ਤਾਦਾਦ ਅੰਦਰ 12 ਮਹੀਨੇ ਪਲਕਾਂ ਵਿਛਾ ਕੇ ਮੇਰੇ ਸਤਿਗੁਰੂ ਜੀ ਨੂੰ ਉਡੀਕਦੀਆਂ ਨੇ ਚਾਹੁੰਦੀਆਂ ਨੇ ਜੇ ਮੋਢਾ ਲੱਗ ਜਾਏ ਪਾਲਕੀ ਨੂੰ ਬਹੁਤ ਵੱਡੇ ਭਾਗ ਨਾ ਲੱਗਦੇ ਘੱਟੋ ਘੱਟ ਅੰਮ੍ਰਿਤ ਵੇਲੇ ਖਲੋ ਕੇ ਦੂਰੋਂ ਦੀਦਾਰ ਕੀ ਹੋ ਜਾਣ ਤੇ ਤਾਂ ਵੱਡੇ ਭਾਵ ਜਿਸ ਪਿਆਰ ਨਾਲ ਸਤਿਗੁਰੂ ਦੀ ਪਹੁੰਚ ਦੇ ਹਰਿਮੰਦਰ ਸਾਹਿਬ ਪਿਆਰਿਓ ਉਹ ਇੱਕ ਵੱਖਰਾ ਨਜ਼ਾਰਾ ਜਦੋਂ ਗਰੀਬ ਅਨਵਾਦ ਪਿਤਾ ਜੀ ਆਪਣੇ ਮੰਜੀ ਸਾਹਿਬ ਤੇ ਜਾ ਚਰਨ ਪਾਉਂਦੇ ਸਿੰਘ ਸਾਹਿਬਾਨ ਸਾਹਿਬਾਂ ਦੀ ਸੇਵਾ ਪ੍ਰਾਰੰਭ ਕਰਦੇ ਤੇ ਕੁਝ ਵੀਰ ਖੜੇ ਹੋ ਕੇ ਕੁਝ ਬਾਣੀ ਪੜ੍ਹਦੇ ਕਰ ਉਹ ਬਾਣੀ ਕਰ ਪੱਟਾਂ ਦੇ ਸਵਾਈਏ ਉਹ ਪੱਟਾਂ ਦੇ ਸਵਾਈਏ ਜਿਹੜੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਇਹ ਅਖੀਰ ਵਿੱਚ ਪੰਚਮ ਪਿਤਾ ਨੇ ਅੰਕਿਤ ਕੀਤੇ ਨੇ ਗੁਰੂ ਸਵਾਰਿਓ ਪਹਿਲਾਂ ਕੁਝ ਸਵਾਈਏ ਪੰਚਮ ਪਿਤਾ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੈ ਪਰ 1399 ਤੋਂ ਪੱਟਾਂ ਦੀ ਰਚਨਾ ਤੋਂ ਬਚਨ ਪ੍ਰਾਰੰਭ ਹੁੰਦੇ ਨੇ ਲਗਾਤਾਰ ਦਰਸ਼ਨ ਕੀਤੇ 1403 ਪੰਨੇ ਤੱਕ ਆਏ 1409 ਤੱਕ ਪੱਟ ਸਾਹਿਬਾਨ ਕੀ ਕਹਿ ਰਹੇ ਨੇ ਇੱਕ ਇੱਕ ਗੱਲ ਦਾ ਧਿਆਨ ਕਰਨਾ ਗੌਰ ਭਾਵ ਜਿਹੜਾ ਰੋਜ਼ ਕੰਮ ਹੋ ਰਿਹਾ ਹੋਵੇ ਉਹ ਕੋਈ ਸਤਿਗੁਰੂ ਜ਼ਰੂਰ ਕੋਈ ਉਚੇਚਾ ਸਿਨੇਹਾ ਦੇਣਾ ਚਾਹੁੰਦੇ ਨੇ ਜਿਹੜਾ ਸੁਨਹਿਰੀ ਬੇਬੇ ਪਾਪ ਹੋਣਗੇ ਉਹ ਸੁਣਿਆ ਕੀ ਗੁਰੂ ਤੇ ਪਿਆਰਿਓ ਭੱਟ ਦੱਸਦੇ ਨੇ ਸਤਿਗੁਰੂ ਪਿਤਾ ਮਹਾਰਾਜ ਜਿਹੜਾ ਅੱਜ ਪ੍ਰਕਾਸ਼ਮਾਨ ਹੋ ਰਹੇ ਨੇ ਜਿਨ੍ਹਾਂ ਕਲਗੀਆਂ ਵਾਸਤੇ ਪਿਤਾ ਨੂੰ ਕਿਹਾ ਸੀ ਆ ਗਿਆ ਭਈ ਆਪ ਕੀ ਇਹ ਬਚਨ ਗਿਆਨ ਗਿਆਨ ਸਿੰਘ ਦੇ ਕਹਿ ਸਤਿਗੁਰਾਂ ਨੇ ਆਪਣੇ ਸ਼ਬਦਾਂ ਚ ਕਾਵ ਰੂਪ ਗਿਆਨ ਗਿਆਨ ਸਿੰਘ ਦਾ ਆ ਗਿਆ ਭਈ ਆਪ ਕੀ ਤਬੀ ਚਲਾ ਉਹ ਪੰਥ ਸਭ ਸਿੱਖਣ ਕੋ ਹੁਕਮ ਕਹਿ ਗੁਰੂ ਮਾਨਿਓ ਗ੍ਰੰਥ ਉਹ ਗੁਰੂ ਗ੍ਰੰਥ
अनंत की मन को प्रकट पुरा की दे जिन पंचों पिता ने हरमंदर से प्रकाशमान कीता रात नु पलना की सजा आप उन्हां दे चरणां च पै जिन कलगियां वाले ने गुरु चापिया वो कोई ग्रंथ नहीं है वो धार्मिक ग्रंथ नहीं है वो केवल शिक्षा नहीं देंदा भगत दसदे ने अपनी बाणी राय ਇਹ ਖੁਦ ਨਿਰੰਕਾਰ ਗੁਰੂ ਕੀ ਬਾਣੀ ਦੇ ਰੂਪ ਵਿੱਚ ਜਗਤ ਤੇ ਆ ਗਿਆ ਜੇ ਦੁਨੀਆਂ ਵਾਲਿਓ ਜੇ ਜਿਉਂਦਾ ਜਾਗਦਾ ਰੱਬ ਵੇਖਣਾ ਜੇ ਤੇ ਆ ਗੁਰੂ ਗ੍ਰੰਥ ਸਾਹਿਬ ਦਾ ਫਲ ਆਓ ਧੰਨ ਗੁਰੂ ਨਾਨਕ ਪਿਤਾ ਜੀ ਜੋਤ ਵਰਤ ਰਹੇ ਨੇ ਪਰ ਤੱਕ ਇਹ ਕੌਣ ਨੇ ਪੱਟ ਜੇ ਆਪ ਵੇ ਤੇ ਸਾਡੀ ਸੁਰਤ ਨੂੰ ਸਤਿਗੁਰੂ ਦੇ ਚਰਨਾਂ 'ਚ ਖੜਾ ਕਰ ਦੇ ਤੇ ਕਹਿੰਦੇ ਇਹਨੂੰ ਵੇਖੋ ਗਉ ਨਾ ਕਿਵੇਂ ਵੇਖਣਾ ਹੈ ਗੁਰੂ ਕਿਰਪਾ ਨੂੰ ਉਹ ਵੀ ਦੱਸਦੇ ਨੇ ਜਿਨ੍ਹਾਂ ਨੂੰ ਵੇਖਣਾ ਆ ਗਿਆ ਉਹਨਾਂ ਨੂੰ ਕੀ ਗੁਰੂ ਨੇ ਦਿਖਾਇਆ ਉਹ ਵੀ ਅਸੀਂ ਦਰਸ਼ਨ ਕੀਤੇ ਤੇ ਅਜੇ ਹੋਰ ਕਰਾਂਗੇ ਇੱਥੇ ਵੀ ਇੱਕ ਹਫ਼ਤਾ ਲਗਾਤਾਰ ਸਾਧ ਸੰਗਤ ਕਿਹੜੀਆਂ ਗੱਲਾਂ ਕਰਕੇ ਅਸੀਂ ਗੁਰੂ ਦੀ ਬਖਸ਼ਿਸ਼ ਨਹੀਂ ਲੈ ਸਕਦੇ ਤੇ ਕਿਹੜੇ ਗੱਲਾਂ ਜਿਨ੍ਹਾਂ ਨਾਲ ਬਖਸ਼ਿਸ਼ ਛੇਤੀ ਮਾਰ ਲੈਂਦੇ ਗੁਰੂ ਸਵਾਇਓ ਇਹ ਸਾਰੇ ਬਚਨ ਖੰਡ ਸਮੁੱਚੇ ਪਾਠਾਂ ਦਾ ਬਚਨ ਇਹ ਤਖਤ ਹੈ ਸਾਨੂੰ ਸਤਿਗੁਰੂ ਦੀ ਹਜ਼ੂਰੀ ਵਿੱਚ ਲਿਆ ਕੇ ਖੜਾ ਕਰ ਦਿੰਦਾ ਹੈ ਬਾਹਰ ਨਹੀਂ ਲੈਣ ਦਿੰਦਾ ਦੂਜਾ ਇਹ ਕੇਵਲ ਪੱਟ ਸਾਹਿਬਾਨਾਂ ਨੇ ਖੁੱਲ ਕੇ ਐਨ ਕੋਈ ਸ਼ਬਦ ਸੁਭਾ ਚ ਰਹਿਣ ਦਿੱਤਾ ਪਰ ਸਤਿਗੁਰੂ ਦੇ ਨਿਰੰਕਾਰ ਇੱਕ ਜੇ ਭੁੱਲ ਕੇ ਵੀ ਦੋ ਨਾ ਸਮਝਾ ਦੇ ਦੁਨੀਆ ਰੱਬ ਦੀ ਗੱਲ ਕਰੇ ਆਕਾਸ਼ ਵੱਲ ਵੇਖੇਗੀ ਪਰ ਤੁਸੀਂ ਦੌੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਤਾਬ ਵੱਲ ਵੇਖਿਓ ਦੁਨੀਆਂ ਨੇ ਰੱਬ ਦੀ ਗੱਲ ਕਰਨੀ ਹੋਵੇ ਉਹ ਕਹਿਣਗੇ ਅਜੇਸਾ ਜੀ ਆਉਣਗੇ ਮੁੜ ਉਹ ਸ਼ਾਂਤੀ ਲਿਆਉਣਗੇ ਪਰ ਤੁਸੀਂ ਸ਼ਾਂਤੀ ਦੇ ਪੁੰਜ ਗੁਰੂ ਗ੍ਰੰਥ ਸਾਹਿਬ ਕਿਤਾਬ ਵੱਲ ਵੇਖਣਾ ਉਹ ਆਇਤ ਹੋਏ ਪਿਆਰਿਓ ਕੋਈ ਤੁਹਾਨੂੰ ਕਵੇਗਾ ਉਹ ਸਮੁੰਦਰ ਦੀ ਤਹਿ ਚੱਲੇ ਬੈਠੇ ਨੇ ਪਰ ਉਹ ਕੇਵਲ ਤੇ ਕੇਵਲ ਖਾਸ ਲੋਕਾਂ ਨੂੰ ਦਿਸਦੇ ਤੁਸੀਂ ਮਾਨ ਨਾਲ ਕਹਿਣਾ ਮੇਰੇ ਗੁਰੂ ਨੇ ਉਸ ਨਿਰੰਕਾਰ ਨੂੰ ਸਾਰੇ ਜਗਤ ਦੇ ਸਾਹਮਣੇ ਸਾਡੇ ਘਰ ਮੁਲ ਸਾਡੇ ਘਰ ਮੁਹੱਲੇ ਵਿੱਚ ਲਿਆ ਕੇ ਉਹਨਾਂ ਨੇ ਖਾਸ ਗੁਰੂ ਘਰ ਵਿੱਚ ਰੱਬ ਉਠਾ ਦਿੱਤਾ ਏ ਤੇ ਅਸੀਂ ਉਹਨਾਂ ਦੇ ਚਰਨਾਂ ਵਿੱਚ ਖਲੋਣਾ ਹੈ ਗੁਰੂ ਤੇ ਪਿਆਰੋ ਸਾਡਾ ਇੱਕ ਇੱਕ ਸਵਾਸ ਸਤਿਗੁਰੂ ਦੇ ਪਿਆਰ ਵਿੱਚ ਗੁਜਰੇ ਸਾਡੀ ਅੱਖ ਜਦੋਂ ਖੁੱਲੇ ਤੇ ਸਤਿਗੁਰੂ ਨੂੰ ਵੇਖੇ ਆਖੇ ਪਰਮੇਸ਼ਰ ਜੀ ਆਪ ਬੈਠੇ ਨੇ ਹੈ ਮੇਰੇ ਇੰਨੇ ਭਾਵਨਾ ਵਾਲਾ ਜਿਸ ਦਿਨ ਖਾਲਸਿਕ ਨੂੰ ਇਹ ਗੱਲ ਦਾ ਅਹਿਸਾਸ ਹੋ ਜਾਏਗਾ ਨਾ ਕਿਹਦੇ ਮਜ਼ਾਕ ਕੀ ਹੈ ਇਹ ਸਤਿਗੁਰੂ ਜੀ ਦੇ ਦਰ ਨੂੰ ਛੱਡ ਕੇ ਸ਼ਰਾਬ ਦੇ ਠੇਕੇ ਤੇ ਬੈਠੇ ਜਾਂ ਗੁਰੂ ਦੇ ਪਿਆਰੇ ਕਿਧਰੇ ਤੇ ਸਾਨੂੰ ਕੈਂਚੀ ਲਾ ਜਾਵੇ ਇਹ ਕਿਧਰੇ ਭਾਖਾ ਪੱਖ ਖਾ ਜਾਵੇ ਜਾਂ ਕਿਸੇ ਨੂੰ ਪੈੜੇ ਨਿਗਾਹ ਨਾਲ ਤੱਕ ਲਵੇ ਪਿਆਰਿਓ ਹੋਕਾ ਜ਼ਰੂਰ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਮੰਨਣ ਵਾਲੇ ਬੜੇ ਘੱਟ ਵੀਰ ਭੈਣਾਂ ਜੇ ਹਾਂ ਸਾਡਾ ਧਿਆਨ ਸਤਿਗੁਰੂ ਤੇ ਟਿਕਾਣ ਵਾਲੀਆਂ ਰੂਹਾਂ ਬੜੀਆਂ ਘੱਟ ਨੇ ਪਰ ਸਤਿਗੁਰੂ ਦੇ ਕੋਲ ਬੈਠ ਕੇ ਕਿਸੇ ਦੀ ਨਿੰਦਾ ਚੁਗਲੀ ਕਰ ਮਨੁੱਖ ਤੇ ਧਿਆਨ ਲਗਾਉਣ ਵਾਲੇ ਸਾਡੇ ਕੋਲ ਬਹੁਤ ਨੇ ਸਤਿਗੁਰੂ ਜੀ ਦੇ ਚਰਨਾਂ ਆਪਾਂ ਧਰ ਹੋਈਏ ਤੇ ਧਿਆਨ ਗੁਰੂ ਗ੍ਰੰਥ ਸਾਹਿਬ ਕੋਲ ਹੋ ਗਿਆ ਸਮਝ ਲੈ ਅਸੀਂ ਸਿੱਖੀ ਦੇ ਰਾਹ ਤੇ ਆ ਰਹੇ ਹਾਂ ਜੇ ਸੰਗਤ ਚ ਬੈਠੇ ਹਾਂ ਤੇ ਗੱਲ ਕਿਸੇ ਵਿਅਕਤੀ ਦੀ ਕਾਰ ਕਿਸੇ ਪਖੰਡੀ ਦੀ ਕਾਰ ਸੁਰਤੀ ਕਿਸੇ ਪਖੰਡੀ ਤੇ ਚਲੀ ਗਈ ਤੇ ਸਮਝ ਲੈਣਾ ਉਹਨਾਂ ਦਾ ਕੋਈ ਨੁਕਸਾਨ ਨਹੀਂ ਤੁਹਾਡਾ ਸਾਰੇ ਨੁਕਸਾਨ ਹੈ ਕੁਝ ਵੀ ਪੱਲੇ ਪਿਆ ਕਿਉਂਕਿ ਸੁਰਤੀ ਤੇ ਧਿਆਨ ਵਿੱਚ ਮਹਾਰਾਜ ਨਹੀਂ ਰਹਿ ਗਏ ਗੁਰੂ ਗ੍ਰੰਥ ਸਾਹਿਬ ਪਿਤਾ ਨਹੀਂ ਰਹਿ ਗਏ ਤਾਂ ਹੀ ਮੇਰੇ ਸਤਿਗੁਰੂ ਜੀ ਕਹਿੰਦੇ ਸਿੱਖੀ ਬੜੀ ਬਾਰੀਕ ਦੇ ਮੋਟੀਆਂ ਦੀਆਂ ਗੱਲਾਂ ਥੋੜੀਆਂ ਜਿਹੀਆਂ ਸਮਝ ਕੇ ਇਹ ਨਾ ਕਿਸੇ ਇੱਕ ਦੂਸਰੇ ਵੱਲ ਧਿਆਨ ਕਰੀਏ ਵੀ ਇਹ ਕਿਹੜੀ ਵੱਡੀ ਗੱਲ ਹੈ ਨਹੀਂ ਧਿਆਨ ਸਾਡਾ ਪਿੱਛੇ ਵੇ ਗੁਰੂ ਤੇ ਪਿਆਰਿਓ ਉਸ ਧਿਆਨ ਨੂੰ ਬਾਤ ਕਰਨਾ ਹੈ ਸਤਿਗੁਰੂ ਨੇ ਕੀ ਕਿਹਾ ਸੀ ਸਹਿਬ ਕਹਿੰਦੇ ਗੁਰ ਕੀ ਮੂਰਤ ਮਨ ਮੈਂ ਧਿਆਉ ਕਹਿੰਦੇ ਸਤਿਗੁਰੂ ਦਾ ਸਰੂਪ ਸਦਾ ਮਨ ਵਿੱਚ ਧਿਆਨ ਵਿੱਚ ਰਹਿਣਾ ਚਾਹੀਦਾ
ਇਹ ਗੁਰੂ ਸਾਹਿਬ ਜੀ ਦੇ ਕੋਲ ਬੈਠਿਆ ਹੈ ਧਿਆਨ ਸਤਿਗੁਰੂ ਚੋਂ ਨਿਕਲ ਕੇ ਕਿਸੇ ਵਿਅਕਤੀ ਕਿਸੇ ਚੀਜ਼ ਵਿੱਚ ਚਲਾ ਗਿਆ ਤੇ ਅਸੀਂ ਟੁੱਟੇ ਗਏ, ਅਸੀਂ ਫਿਰ ਖਾਲੀ ਰਹਿ ਗਏ। ਪਿਆਰਿਓ ਧਿਆਨ ਲਿਆਉਣ ਆਏ, ਧਿਆਨ ਕਿਵੇਂ ਲਿਆਉਣਾ? ਲਓ ਸਤਿਗੁਰੂ ਨੇ ਇੱਕ ਬਹੁਤ ਸੋਹਣਾ ਬਚਨ ਸਾਹਮਣੇ ਧਿਆਨ ਦਾ ਅੱਜ ਦਾ ਸਵਈਆ ਪ੍ਰਾਰੰਭ ਹੋ ਰਿਹਾ ਹੈ। ਸੇਵਕ ਹੈ ਭਰਪੂਰ ਜੋਗ ਜੋਗ, ਵਾਹਿਗੁਰੂ ਤੇਰਾ ਸਭ ਸਦਕਾ। ਇੱਥੇ ਭਾਈ ਨੂੰ ਸਿਆਤੀ ਨੇ ਬਬੇ ਨੂੰ ਕੰਨਾ ਕਾਹਾ ਤੇ ਅੱਗੇ ਗੁਰੂ ਸ਼ਬਦ ਦੇ ਗੱਦੇ ਔਂਕਣ ਰਾਜਿਤ ਲੌਂਕਣ। ਪਿਆਰਿਓ ਇੱਥੇ ਵੀ ਕਈ ਹੇ ਨਿਰੰਕਾਰ ਸਤਿਗੁਰੂ ਗੁਰੂ ਰਾਮਦਾਸ ਪਿਤਾ ਵਿੱਚ ਵਰਤਰੇ ਮੇਰੇ ਨਿਰੰਕਾਰ, ਮੈਂ ਤੇਰੇ ਤੋਂ ਅਚਰਜ ਵਿਸਮਾਪ ਤੇਰੇ ਰੰਗਾਂ ਨੂੰ ਵੇਖ ਕੇ ਤੂੰ ਨਾ ਆਪਣੇ ਸੇਵਕਾਂ ਨੂੰ ਭਰਪੂਰ ਕਰ ਦੇਣਾ। ਅੱਜ ਨਹੀਂ ਜੁਗਾਂ ਤੋਂ ਭਰਦਾ ਆ ਰਿਹਾ ਤੇ ਅੱਜ ਭਰਦੇ ਤੇ ਭਰਦਾ ਤੂੰ ਰਹਿਣਾ। ਅਗਲਾ ਬੱਚੇ ਨੇ ਤੇਰਾ ਸਭ ਸਦਕਾ, ਇਹ ਗੱਲ ਤੇ ਬਹੁਤ ਡੂੰਘੀ, ਹਫ਼ਤਾ ਇਹਦੇ ਤੇ ਲੰਘ ਸਕਦਾ ਹੈ। ਮੈਂ ਤੇਰਾ ਸਭ ਸਦਕਾ ਦੀ ਕੀ ਕਹਾਣੀ ਹੈ, ਸ਼ਬਦ ਬੜਾ ਸੌਖਾ ਜਿਹਾ ਹੈ। ਪਿਆਰਿਓ ਗੱਲ ਚੱਲ ਰਹੀ ਸੀ ਧਿਆਨ ਕਿੱਥੇ ਵੇ ਸਾਡਾ, ਗੁਰੂ ਪਿਆਰੇ ਸ਼ਬਦ ਦੇ ਤੇਰਾ ਹੁਣ ਲੋਕਾਂ ਦੀ ਚੜਿਆ 2013 ਜਦੋਂ ਸਿੱਖ ਜੁੜਦੇ ਗਏ ਗੁਰੂ ਸ਼ਬਦ ਨਾਲ ਸੱਚੀ ਮੁੱਚੀ ਤੇ ਲੋਕ ਕਹਿੰਦੇ 2013 ਚੜ ਗਿਆ ਤੇ ਤੁਹਾਡਾ ਤੇਰਾ ਸ਼ਬਦ ਸੁਣ ਕੇ ਅੰਦਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਇਕੱਠਾ ਹੋ ਕੇ ਰੋਏਗਾ ਹੈ ਤੇਰਾ। ਪਿਆਰਿਓ ਤੇਰਾ ਸ਼ਬਦ ਲੋਕਾਂ ਨੇ ਜਾਣਦੇ ਹੋ ਨਾ, ਮੇਰੇ ਸਾਹਿਬਾਂ ਨੇ ਪੂਰਨੇ ਪਾਏ ਸੀ ਸੁਲਤਾਨਪੁਰ ਸਾਹਿਬ, ਮੋਦੀ ਦੀ ਕਿਰਤ ਪੈ ਕਰਦੇ, ਰੱਬ ਮੋਦੀ ਦੀ ਕਿਰਤ ਕਰਦੇ, ਰੱਬ ਨੂੰ ਪੈਸੇ ਦੀ ਲੋੜ ਨਹੀਂ, ਉਹਨੇ 2 ਬੱਚੇ ਸ੍ਰੀ ਚੰਦ ਲਕਸ਼ਮੀ ਚੰਦ ਨਹੀਂ ਪਾਲਣੇ, ਆ ਸਾਰਾ ਜਗਤ ਹੀ ਉਹਦਾ ਬੱਚਾ ਹੈ। ਪਿਆਰਿਓ ਉਹਨਾਂ ਦਾ ਪਰਿਵਾਰ ਮਾਂ ਸੁਲੱਖਣੀ ਜਾਂ ਭੈਣ ਨਾਨਕੀ, ਭਾਈਆ ਜੈ ਰਾਮ, ਮਾਂ ਤ੍ਰਿਪਤਾ, ਮਹਿਤਾ ਕਾਲੂ ਨੀ, ਚਾਚਾ ਲਾਲੂ ਨੇ, ਮੇਰੇ ਸਤਿਗੁਰੂ ਦਾ ਸਾਰੇ ਖੰਡ ਬ੍ਰਹਿਮੰਡ ਉਹਦਾ ਆਪਣਾ ਪਰਿਵਾਰ, ਉਹ ਏਡਾ ਵੱਡਾ ਪਰਿਵਾਰ ਹੈ, ਬਾਪ ਵੀ ਵੱਡਾ ਹੈ ਤੇ ਪਰਿਵਾਰ ਵੀ ਵੱਡਾ। ਉਹਨਾਂ ਲਈ ਨੀ ਕੁਛ ਉਹ ਕਿਰਤ ਕਰ ਰਿਹਾ, ਸਾਡੇ ਲਈ ਕਿਰਤ ਕਰਨੀ ਸਿਖਾਉਣੀ ਕਿਵੇਂ ਕਰਨੀ, ਧਿਆਨ ਸਿਖਾਉਣਾ ਕਿੱਥੇ ਰੱਖਣਾ ਹੈ, ਕਿਰਤ ਹੋ ਰਹੀ ਹੈ ਦੇ ਰਹੇ ਨੇ ਆ ਗਿਆ ਸ਼ਬਦ 1 2 3 4 5 6 7 ਇਹ ਚੱਲਦਿਆਂ ਜਦੋਂ ਤੇਰਾ ਸ਼ਬਦ ਆਇਆ ਨਾ ਤੇ ਤੇਰਾ ਤੇ ਅੰਦਰ ਰੁਕ ਗਿਆ, ਅੱਗੇ ਨਹੀਂ ਖਿਲਦਾ ਤੇਰਾ ਤੋਂ, ਬਸ ਤੇਰਾ ਨੇ ਪਕੜ ਲਿਆ ਬਿਰਤੀ ਨੂੰ ਸੁਰਤੀ ਨੂੰ, ਤੇ ਆਪ ਪਰਮੇਸ਼ਰ ਨੇ ਸਿਖਾਉਣਾ ਤੇ ਸਾਨੂੰ ਹੈ, ਬਸ ਕੰਮ ਹੋ ਰਿਹਾ ਪਰ ਜ਼ੁਬਾਨ ਤੋਂ ਤੇਰਾ ਸ਼ਬਦ ਨਹੀਂ ਬੰਦ ਹੋ ਰਿਹਾ। ਜਿਹੜਾ ਹੁੰਦਾ ਝੋਲੀ ਭਰੀ ਜਾ ਰਹੀ ਹੈ ਪਰ ਤੇਰਾ ਸ਼ਬਦ ਨਹੀਂ ਬੰਦ ਹੋ ਰਿਹਾ। ਸਾਹਿਬ ਕਹਿੰਦੇ ਹੋ ਦੁਨੀਆਂ ਵਾਲਿਓ ਕਿਰਤਾਂ ਕਰੋ, ਜਗਤ ਵਿੱਚ ਜਾਓ ਪਰ ਨਿਰੰਕਾਰ ਵੱਲ ਧਿਆਨ ਕਰੋ, ਤੇਰਾ ਸ਼ਬਦ ਨਾ ਭਰੀ ਜ਼ੁਬਾਨ ਤੋਂ ਟੁੱਟੇ। ਦੁਨੀਆਂ ਨੇ ਸਿਖਾਇਆ ਏ ਮੈਂ ਮੇਰਾ ਖੋਣਾ ਆਪਣਾ ਬੇਗਾਨਾ, ਪਰ ਸਤਿਗੁਰੂ ਜੀ ਕਹਿੰਦੇ ਤੇਰਾ ਦਾ ਮਤਲਬ ਪਰਮਾਤਮਾ, ਜੋ ਕੁਝ ਵੀ ਜਗਤ ਵਿੱਚ ਹੈ ਉਹ ਤੇਰਾ ਹੀ ਦਿੱਤਾ ਹੋਇਆ, ਆਪਣਾ ਵੀ ਕੁਝ ਕਹੀ ਨਹੀਂ ਹੈ, ਸਭੋ ਕੁਝ ਤੇਰਾ। ਤੇਰਾ ਦਾ ਮਤਲਬ ਉਹ ਵਾਹਿਗੁਰੂ ਸਾਹਮਣੇ ਆ ਕੇ ਖਲੋ ਗਏ, ਤੇਰਾ 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 ਹੀ ਚੱਲੀ ਜਾ ਰਿਹਾ ਹੈ। ਗੁਰੂ ਸਵਾਰਿਓ ਜਦੋਂ 5 ਪਿਆਰਿਆਂ ਨੂੰ ਹੁਕਮ ਹੋਇਆ ਹੈ ਸੰਗਤ ਨੂੰ ਸੀਸ ਦਿਓ, ਜਿਨ੍ਹਾਂ ਦੇ ਅੰਦਰ ਇਹ ਖਿਆਲ ਹੈ ਮੇਰਾ ਸੀਸ ਮੈਂ ਮਰ ਜਾਂਦਾ, ਉਹ ਉੱਥੇ ਚੁੱਪ ਚੁਪੀਤੇ ਅੱਜ ਬੈਠੇ ਨੇ। ਜਿਹੜੇ ਖਿਆਲ ਤੋਂ ਉੱਪਰ ਹੋਵੇ ਹੈ ਹੀ ਤੇਰਾ ਤੇ ਉਹਨਾਂ ਨੂੰ ਸੋਚਣ ਦੀ ਲੋੜ ਨਹੀਂ, ਤੇਰਾ ਹੀ ਤੈਨੂੰ ਦੇ ਰਿਹਾ ਸਾਨੂੰ ਹੋਰ ਤਰ੍ਹਾਂ ਦਾ ਪਿਆ ਲੱਗਦਾ ਹੈ, ਤੇਰਾ ਹੀ ਤੈਨੂੰ ਦੇ ਰਿਹਾ ਤੇ ਅਸੀਂ ਕੀ ਕੀਤਾ ਸਹਿਬ ਕਹਿੰਦੇ ਤੇਰਾ ਕੀਆ ਤੁਝੈ ਪਿਆਰ ਕੋ ਮਨ ਤੇਰਾ ਤੂੰ ਹੀ ਚਵਣ ਤੁਲਾਰੇ ਕਿਧਰ ਕਹਿੰਦੇ ਕਬੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਜੋ ਕਿਛ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ।
क्या लागे मेरा जे पंक्ति समझ आ जावे असीं पावे प्यारे दान करिए पुन करिए दावा करांगे मैं इना कुछ कीता नहीं गुरु नानक साहब तुसा मैनूं दित्ता ते तेरा चुक के तन दे रहा ते मैं किवें दावा करां कुछ में आए प्यारे तेरा जी ते कान बड़ी प्यारी कै हां किरत करिए ध्यान तेरा परमात्मा वाल कै पर एक होर बड़ी मददगार गल च वरते लोकां नूं शक पिया अज भी पवेगा तुहाडे ते तुसीं कहोगे ना घर मेरा नहीं भाई ते गुरु नानक साहब ने दित्ता ते लोक रिश्तेदार पड़ के हसणगे कमला हो गया तू मेहनत करदा मारन गुरुद्वारा चुड़ा बोलो तो पै कट के तुम दिते जो समझ आ जाएगी आखांगे तां गुरु नानक साहब दी बोलत विचों ही सानू मिलदे ने ਉਹ ਕੰਮ ਤੇ ਭੇਜਦੇ ਨੇ ਉਹਨੇ ਗੋਲਕ ਉੱਥੇ ਰੱਖੀ ਹੋਈ ਹੈ ਗੋਲਕ ਤੇ ਵੀ ਇਹ ਨਹੀਂ ਹੁੰਦੀ ਨਾ ਹੋਵੇ ਤੇ ਅਸੀਂ ਕੁਝ ਹੋਰ ਤਰ੍ਹਾਂ ਸੋਚਾਂਗੇ ਹਰ ਚੀਜ਼ ਨੂੰ ਕਹੋਗੇ ਬੱਚੇ ਪਰਮਾਤਮਾ ਤੇਰੇ ਹਾਂ ਮੈਂ ਤੇਰਾ ਦੌਲਤ ਤੇਰੀ ਸਭੋ ਕੁਝ ਤੇਰਾ ਮੈਂ ਬੇਨਤੀ ਕਰਾਂ ਤਾਂ ਸਿੱਖਾਂ ਸਾਰੇ ਮਹਾਰਾਜ ਦੇ ਪਿਆਰ ਵਾਲੀ ਸੰਗਤ ਤੋਂ ਦੂਰ ਨਹੀਂ ਤੇ ਬਹਿ ਕੇ ਕਦੇ ਨਾ ਗੱਲਾਂ ਦੀ ਪ੍ਰੈਕਟੀਕਲ ਅਭਿਆਸ ਤਿਆਰ ਕਰੀਏ ਕਿ ਅੱਜ ਨਾ ਆਪਾਂ ਸ਼ਾਮ ਤੱਕ ਕੇਵਲ ਚਾਰ ਪੈਰ ਸਾਡੇ ਧੋਣਾ ਮੁਸ਼ਕਲ ਹੁੰਦਾ ਨਾ ਆਦਤਾਂ ਹੋਰ ਪਈਆਂ ਨੇ ਗੱਲਾਂ ਕਰਨ ਦੀਆਂ ਲੋਕਾਂ ਦੇ ਔਗਣ ਖੋਲਣ ਦੀਆਂ ਚੰਗਾ ਮਾੜਾ ਕਹਿਣ ਦੀਆਂ ਜੇ ਕਿਤੇ ਉਹਨਾਂ ਤੋਂ ਗੁਰੂ ਵਿਚਾਰ ਹੈ ਇੱਕ ਦਿਨ ਕੇਵਲ ਸਵੇਰ ਉੱਠ ਕੇ ਸ਼ਾਮ ਤੱਕ ਇੰਨਾ ਅਭਿਆਸ ਕਰੀਏ ਉੱਠਦੇ ਸਾਰ ਗੁਰੂ ਨਾਨਕ ਸਾਹਿਬ ਆ ਸਰੀਰ ਤੇਰਾ ਦਿੱਤਾ ਹੈ ਭੋਜਨ ਛੱਕਣ ਲੱਗੇ ਤੇਰਾ ਹੀ ਦਿੱਤਾ ਛੱਕਣ ਲੱਗੇ ਹਾਂ ਗੱਡੀ ਤੇ ਬਹਿਣ ਲੱਗੇ ਦਾਤਾ ਜੀ ਗੁਰੂ ਨਾਨਕ ਸਾਹਿਬ ਤੁਸੀਂ ਦਿੱਤੀ ਹੈ ਮੈਨੂੰ ਕਿਰਪਾ ਕਰਕੇ ਵਰਤਣ ਲਈ ਬੱਚੇ ਇਹ ਤੁਸੀਂ ਦਿੱਤੇ ਨੇ ਮੈਨੂੰ ਹਾਂ ਸਤਿਕਾਰ ਮਿਲਿਆ ਕਿਸੇ ਪਿਆਰ ਨਾਲ ਹੱਸ ਕੇ ਬੱਦੇ ਬੁਲਾਏ ਇਹ ਤੁਸੀਂ ਦੁਆਤਾ ਹੈ ਜੀ ਮੈਂ ਕੌਣ ਉਡਾਵਾਂ ਹਰ ਚੀਜ਼ ਨੂੰ ਕੰਮ ਇਹ ਤੁਸੀਂ ਦਿੱਤਾ ਹੈ ਮਿੱਤਰ ਮਿਲੇ ਤੁਸੀਂ ਦਿੱਤੇ ਨੇ ਕੋਈ ਚਾਰ ਸ਼ਬਦ ਭੈੜੇ ਕਹਿ ਗਿਆ ਹਾਂ ਜੀ ਇਹ ਤੁਸੀਂ ਇਹਦੇ ਤੋਂ ਅਖਵਾਏ ਨੇ ਇਹ ਵਿਚਾਰਾ ਕੋਈ ਮੈਨੂੰ ਕਿਉਂ ਕਵੇਗਾ ਇਹਨੇ ਮੇਰੇ ਨਾਲ ਈਰਖਾ ਕੀਤੀ ਨਹੀਂ ਜੀ ਇਹਨੇ ਨਹੀਂ ਕੀਤੀ ਨਿਰੰਕਾਰ ਤੁਸੀਂ ਇਹਦੇ ਅੰਦਰ ਇਹ ਪਾ ਕੇ ਮੇਰੇ ਨਾਲ ਵਧੀਕੀ ਕਰਵਾਏ ਪਰ ਤੁਸੀਂ ਕਰਵਾ ਤੋਂ ਜੋ ਕੁਛ ਸ਼ਾਮ ਨੂੰ ਵੇਖਣਾ ਆ ਭੱਟਾਂ ਦਾ ਬਚਨ ਸੇਵਕ ਹੈ ਭਰਪੂਰ ਦੇ ਕੀ ਅਰਥ ਨੇ ਗੁਰੂ ਨਾਨਕ ਸਾਹਿਬ ਕਿਸੇ ਅਨੋਖੀ ਖੁਸ਼ੀ ਤੇ ਖੇੜੇ ਨਾਲ ਭਰ ਕੇ ਦਿਖਾਉਣਗੇ ਉਹ ਖੁਸ਼ੀ ਤੁਹਾਨੂੰ ਲੱਖਾਂ ਡਾਲਰਾਂ ਚ ਮਿਲੇਗੀ ਜਿਹੜਾ ਕੇਵਲ ਇੱਕ ਤੇਰਾ ਦਾ ਅਭਿਆਸ ਕਰਕੇ ਮਿਲ ਜਾਏਗੀ ਕਦੇ ਖੁਦ ਕਰਕੇ ਵੇਖੀ ਮੇਰੇ ਸਤਿਗੁਰਾਂ ਨੇ ਆਕਾਸ਼ੀ ਗੱਲਾਂ ਨਹੀਂ ਕੀਤੀਆਂ ਸਾਡੇ ਵਿੱਚ ਬਹਿ ਕੇ ਸਾਡੇ ਲਈ ਕੀਤੀਆਂ ਨੇ ਸਤਸੰਗੀ ਜਣੋ ਭਗਤੈ ਇਹਦਾ ਰਸ ਮਾਣੀ ਦੋ ਮਿੰਟ ਇਸ ਤਰ੍ਹਾਂ ਪਿਆਰ ਨਾਲ ਬੈਠੋ ਤਿਆਰ ਹੋ ਜੇ ਤੇਰਾ ਸਭ ਸਦਕਾ ਕਰਦੇ ਹੋ ਤੇ ਕੀ ਆਖੋਗੇ ਹਮਰਾ ਕੀ
कछु न होए हमरा किया, कछु न होए हमरा किया, कछु न होए हमरा किया, कछु न होए तेरा सब सदका बहुत देर होगी। 1583 चले गए
नहीं दुनियावी अख लिए चले गए। प्यार बालकों लिए अज भी गुरु रामदास पिता ऊचे भी ते पेचे भी ने उन्होंने किधरे गए असि कभी मने नहीं श्री राम सतगुरु ने सानू जोत दिखाई जोत नाल जोड़िया है पर जोत दा ज्ञान शब्द दे अभ्यास नाल हुंदा है। पढ़ दो ना बोल सब में जोत जोत दा सोए तिस दा चानन सब में चानन कोई कोई दा चानन पर गुर साखी जोत प्रगट होए कदों कुंडी कार तू बन दे जदों जपांगे जुड़ांगे बंदगी करांगे बचन पालांगे ग्रीक अनुवाद पिता का बचन करो पदूर कहते ब्रह्मा विष्ण सिरे सिर दर्थ सिरजन तुसाने सिरे तय अगन जिदी गणती कोई भी गणित विच नहीं आउंदा ब्रह्मा ते विष्णु नु तुसाने सिरजिया सी तिन को मोह पया मन मदता जदों उन्हां ने ध्यान परमेश्वर तुहाडुर तोड़िया ते मोह ते अहंकार विच फस के ओ डोल गए 84 लाख जून उपाए रिजत दिया सबकों को तदका हुण सवैये ते महाराज दे प्रकाश वेले पड़े जांगे। महाराज ने थोड़ा कुछ कहना है सानू कहण आए गुरु के प्यारो भला ते साडा करने ने देखो सत पुरशां ने रूहानियत वालिया ने सारे इको ढंग होएगा ओ गल्लां रब नाल करनगे ते सिक्ख्या सानू दे रहे कौन ने असि की करांगे असि बंदे ओ मुंह करके कहां ने तू आपा मुका ना आवा जाना ना ओ खादर खैर इच्छे जो गुरबाणी की व्याख्या वेखनी होवे महाराज जी नूं इह नहीं वेखणा महाराज परमेश्वर की बात केवल उन्हां दी बारे नहीं कह साडे भले ने बात हो रही कहिंदे भाई तुसीं रोजी की चिंता नहीं वाहिगुरू छड्डदे हो ਉਹ ਕੀ ਕਰਦਾ ਹੈ 84 ਲੱਖ ਜੋਨ ਪੈਦਾ ਕਰਕੇ ਵਿੱਚ ਪਹਿਲਾਂ ਦਿੱਤਾ ਹੈ। ਆਪ ਜੀ ਨੂੰ ਪਤਾ ਹੈ ਦੋ ਚੀਜ਼ਾਂ ਪਰਮੇਸ਼ਰ ਪਹਿਲਾਂ ਲਿਖਦਾ ਹੈ ਤੇ ਜਨਮ ਬਾਅਦ ਕੁਛ ਦਿੰਦਾ ਹੈ। ਜਨਮ ਤੋਂ ਪਹਿਲਾਂ ਉਹ ਦਿੱਤਾ ਹੈ ਰਿਜਕ ਸੰਭਾਵਾ ਪਿੱਛੋਂ ਦਿੱਤਾ ਹੈ ਜਨਮ ਉਪਾਕਾ ਰਿਜਕ ਪਹਿਲਾਂ ਲਿਖਦਾ ਹੈ ਤੇ ਜਨਮ ਬਾਅਦ ਕੁਛ ਦਿੰਦਾ ਹੈ। ਦੂਸਰਾ ਮਰਨ ਲਿਖਾਏ ਮੰਡਲ ਮੇਂ ਆਏ ਮੌਤ ਦਾ ਦਿਨ ਪਹਿਲਾਂ ਲਿਖਿਆ ਤੇ ਜਨਮ ਬਾਅਦ ਵਿੱਚ ਮਿਲਦਾ ਹੈ। ਸਹਿਬ ਕਹਿੰਦੇ ਫਿਕਰ ਨਾ ਕਰਿਆ ਕਰੋ ਉਹਦਾ ਜਾਪ ਕਰੋ ਉਹਦਾ ਸ਼ੁਕਰ ਕਰੋ ਰਿਜਕ ਜਿਹੜਾ ਦੇ ਰਿਹਾ ਹੈ ਉਹਨੇ ਦਿੱਤਾ ਉਹਨੇ ਲਿਖਿਆ ਉਹ ਪਿਆ ਹੈ। ਕੇਵਲ ਆਪਾਂ ਨੇ ਹੱਥ ਪੈਰ ਮਾਰ ਕੇ ਪੈਦਾ ਕਰਨਾ ਜੁੜ ਕੇ ਕਰੋਗੇ ਛੇਤੀ ਕਾਮਯਾਬ ਹੋਵੇ ਟੁੱਟ ਕੇ ਕਰੋਗੇ ਤੇ ਕਾਮਯਾਬ ਦੀ ਦੇਰ ਨਾਲ ਜਿਹੜਾ ਟੁੱਟ ਕੇ ਪੈਸਾ ਆਏਗਾ ਰਿਜਕ ਉਹਨੇ ਸੁੱਖ ਬਣ ਕੇ ਵੀ ਆਉਣਾ ਦੁੱਖ ਬਣ ਕੇ ਆਇਆ। ਸਤਿਗੁਰੂ ਜੀ ਨੇ ਫਿਰ ਉਹ ਬਚਨ ਪੜਨਾ ਨੇ ਕਿਹਾ ਸੇਵਕ ਤੈ ਭਰਪੂਰ ਜੋਗ ਜੋਗ ਵਾਹ ਗੁਰੂ ਤੇਰਾ ਸਭ ਸਦਕਾ ਹਾਂ ਤੁਹਾਡੇ ਸਦਕਾ ਹੀ ਸਾਰੇ ਆਏ। ਅਗਲਾ ਸਵਈ ਆਏ ਬਹੁਤ ਪਿਆਰ ਤਾਂ ਜਿਵੇਂ ਚਾਲ ਵੀ ਬਹੁਤ ਪਿਆਰੀ ਹੈ ਨਾ ਮੈਨੂੰ ਤੇ ਪੜ੍ਹਨੀ ਨਹੀਂ ਆਉਂਦੀ ਪਰ ਜਿਹੜੇ ਗੁਰੂ ਕੇ ਪਿਆਰਿਆਂ ਨੂੰ ਇਹਨਾਂ ਦੀ ਅਭਿਆਸ ਕੀਤਾ ਬਹੁਤ ਸੋਹਣੇ ਛੰਦਾਂ ਬੰਦੇ ਉਸੇ ਤਰ੍ਹਾਂ ਸੁਰ ਲੈ ਪਾਲ ਵਿੱਚ ਪੜ੍ਹਦੇ ਨੇ। ਅਗਲਾ ਸੋਈ ਆਏ ਵਾਓ ਵਾਓ ਤਾਂ ਬੜਾ ਤਮਾਸ਼ਾ ਆਪੇ ਰਸੇ ਆਪੀ ਚਿਤਵੇ ਆਪੇ ਚੰਦ ਸੂਰ ਪਰਗਾਸਾ ਇਹ ਜਰਾ ਬਚਨ ਸਮਝਣਾ ਗੁਰਬਾਣੀ ਦਾ। ਪਰ ਜੀ ਕਹਿੰਦੇ ਨੇ ਜਦੋਂ ਤੇਰਾ ਪਰਮੇਸ਼ਰ ਨਾਲ ਜੁੜਾਂਗੇ ਉਹਨੂੰ ਗੁਰੂ ਰੂਪ ਵਿੱਚ ਤੱਕਾਂਗੇ ਕਹਿੰਦਾ ਜਿੰਨਾ ਤਮਾਸ਼ਾ ਹੈ ਨਾ ਜਗਤ ਦੇ ਗੌਤਮ ਇਹ ਗੁਰੂ ਪਰਮੇਸ਼ਰ ਤੇ ਕੀਤੇ ਨਜ਼ਰ ਪਾਉਣਗੇ। ਹੁਣ ਤੇ ਨਾਪਤਾ ਨੇ ਨਾ ਇਹ ਆਪਣਾ ਹੀ ਇਹ ਬਗਾਨਾ ਹੈ ਇਹ ਉਹ ਹੈ ਬੜੇ ਸੀ ਜੁੜੇ ਆ ਫਿਰ ਨਹੀਂ ਟੁੱਟ ਜਾਣਗੀਆਂ ਦੀਵਾਰਾਂ ਨਹੀਂ ਰਹਿਣਗੀਆਂ ਕੰਧਾਂ ਗੁਰੂ ਕੀ ਸਾਧ ਸੰਗਤ ਇਹ ਦੀਵਾਰਾਂ ਟੁੱਟਣ ਤੇ ਵਿਰਤ ਹੀ ਲੱਗਦਾ ਹੈ ਲੱਗਦਾ ਨਹੀਂ ਵਾਹਿਗੁਰੂ ਜੀ ਆਪ ਹੀ ਹਰਸ ਦੇਣ ਕਿਸੇ ਅੰਦਰ ਬੈਠ ਕੇ ਕਿਸੇ ਦੇ ਅੰਦਰ ਬੈਠ ਕੇ ਚਿਤਵ ਰਹੇ ਨੇ ਸੋਚ ਰਹੇ ਨੇ ਇਹ ਫਿਰ ਚੰਦਰਮਾ ਤੇ ਸੂਰਜ ਦਾ ਪ੍ਰਕਾਸ਼ ਇਹਨਾਂ ਦਾ ਵੀ ਉਹ ਗੁਰੂ ਪਰਮੇਸ਼ਰ ਦੇ ਨਜ਼ਰ ਆਏਗਾ। ਮੈਂ ਬੇਨਤੀ ਪਹਿਲੇ ਕਰ ਚੁੱਕਾ ਵਾਲ ਧਿਆਨ ਕਿੱਥੇ ਧਿਆਨ ਨਿਰੰਕਾਰ ਵੱਲ ਕਿਰਤ ਆਪਣੀ ਕਰੋ ਤੇ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਕਹਿਤਾ ਭਰੀ ਰੱਖਾਂਗੇ ਤੁਹਾਨੂੰ ਕਦੇ ਭੁੱਖੇ ਨੰਗੇ ਰਹਿਣ ਨਹੀਂ ਦੇਣਾ ਖਾਲੀ ਨਹੀਂ ਰਹਿਣ ਦੇ ਦਾਤੇ ਬਣ ਕੇ ਜੀਵੋਗੇ ਜਗਤ। ਹੁਣ ਕੀ ਹੋ ਰਿਹਾ ਅਸੀਂ ਇਹੋ ਜਿਹਾ ਪੁੱਲ ਦੇ ਪੁੱਲ ਦੇ ਪੁੱਲ ਦੇ ਪੁੱਲ ਦੇ
जिथे बिल्कुल ध्यान पकाना सी संगत विच आके उथे भी एपो जे लैक्चर एपो जे माहौल सज रहे हैं कि बंदियां वल ध्यान जावे महाराज जी वल आवे ना सुचेत होए आकर इन्हां गलतां वल पूरा जड़ी चीज सानू सतगुरु नाल तोड़ रही ना ध्यान तोड़ रही ओ जे साधक होना किस बंदा ना देखा करो जड़ी चीज गड्डी है बंदा है किसे रूप विच जड़ा ध्यान विचो सतगुरु नु कट गया बस ओ साधक होना है। महाराज कहंदे ने कि किवें होवेगा ब्याह कहंदे ने साध संग जदों करांगे ना फिर कहंदा बिन सह साध संग अपने शब्द को ले आऊंगे बस वो नाल प्यारा ते फिर काटा काला दुख किथे तकलीफा किथे अंदर नु पुकारन आए सब तगिया वाले कहंदे ध्यान करो ते को मन में जे को अंतो सबै जग छायो ओ मेरे वाहिगुरु दा ध्यान करो इचो नजर आ रहे पट जी कह रहे ने जी तुसी चंद्रमा सूर सूरज विच प्रकाशमान आपे जल आपे तल थमण आपे किया कटक वासा प्रकाश महाराज श्री गुरु ग्रंथ साहिब दे मंगल साहिब ते पाठ वेखो किवें सुरती दी अख दे रहे जगत नु कह लगे जी तुसी पानी विच तर मैदान विच थमण इन्हां नु तुसी थमिया हो ते जल नु ते चल नु आपे कट कट विच वसदे हो आपे नाल कहिंदे कि बंदा किथे ही नहीं ਤੁਸੀਂ ਉਹ ਹਰ ਬੰਦੇ ਦੇ ਅੰਦਰ ਨਾ ਬਣ ਗਏ ਕਿਦਰੇ ਆਪੇ ਕੋਲ ਨਾਰੀ ਕਿਦਰੇ ਔਰਤ ਬਣ ਗਏ ਹੋ ਹਾਂ ਆਪੇ ਸਾਰ ਆਪ ਕੀ ਪਾਸਾ ਆਪ ਹੀ ਸ੍ਰੇਸ਼ਟ ਹੋ ਆਪ ਹੀ ਸਾਰੇ ਪਾਸਿਆਂ ਦੇ ਵਿੱਚੋਂ ਕੋਈ ਤੁਹਾਡੇ ਤੋਂ ਬਿਨਾ ਨਹੀਂ ਗੁਰਮੁਖ ਸੰਗਤ ਸਭ ਹੈ ਵਿਚਾਰ ਵਾਹ ਵਾਹ ਦਾ ਵੱਡਾ ਤਮਾਸ਼ਾ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਸੰਗਤ ਨਾਲ ਮਿਲ ਕੇ ਵਿਚਾਰੋ ਵਿਚਾਰਨਾ ਮਤਲਬ ਜਪਾਂਗੇ ਨਾ ਤੇ ਫਿਰ ਨਿਕਲੇਗੀ ਵਾਹ ਹੁਣ ਤੇ ਖਾਏ ਖਾਏ ਨਿਕਲਦੀ ਏ ਪਿਆਰਿਓ ਕਦੇ ਖਾਏ ਆਪਣੇ ਲੋਕਾਂ ਨੂੰ ਵੇਖ ਕੇ ਕਦੇ ਲੋਕਾਂ ਨੂੰ ਵੇਖ ਕੇ ਇਹਦਾ ਕਾਰਨ ਅਸੀਂ ਅੰਦਰੋਂ ਆਪ ਟੁੱਟੇ ਹੋਏ ਆ ਜਦੋਂ ਅੰਦਰੋਂ ਜੁੜ ਜਾਓਗੇ ਨਾ ਉਦੋਂ ਕਦੇ ਨਹੀਂ ਕਹੋਗੇ ਬਹੁਤ ਮੰਦੇ ਹਾਲ ਨੇ ਇਹ ਮੰਦੇ ਹਾਲ ਮੰਦੇ ਮਨ ਚ ਨਿਕਲਦੇ ਨੇ ਸਹਿਬ ਕਹਿੰਦੇ ਸਿੱਖ ਦੀ ਜ਼ੁਬਾਨ ਤੇ ਸ਼ਬਦ ਇੱਕੋ ਹੋਵੇ ਵਾਹ ਵਾਹ ਕਿੰਨੀ ਵਾਰੀ ਸਤਿਗੁਰੂ ਕਹਿੰਦੇ ਨੇ ਸ਼ਬਦ ਬਹੁਤ ਤਰ੍ਹਾਂ ਦੇ ਨੇ ਇਹਦੇ ਵਿੱਚ ਕਹਿੰਦੇ ਵਾਹ ਖਸਮ ਤੂੰ ਵਾਹ ਖਸਮ ਮੇਰੇ ਤੂੰ ਵਾਹ ਅਸਚਰਜ ਦੇ ਇਹ ਤੇਰੇ ਕੋਤਕ ਰਚੇ ਨੇ ਹੁਣ ਦੁਖੀ ਹੁੰਦੇ ਆ ਨਾ ਜਦੋਂ ਕੋਈ ਜੁੜ ਜਾਂਦਾ ਹੈ ਤੁਸੀਂ ਗੁਲਾਬ ਦੇ ਫੁੱਲ ਨੂੰ ਟੱਕੋ ਤੁਹਾਡੇ ਅੰਦਰ ਜਿਹੜਾ ਆਏ ਵੀ ਆ ਕੰਡੇ ਤੇ ਫੁੱਲ ਕੱਚੇ ਕਿਉਂ ਨੇ ਕੰਡੇ ਤੁਸੀਂ ਵੇਖ ਲੈ ਫੁੱਲ ਵੇਖ ਲੈ ਸਤਿ ਸ੍ਰੀ ਲੰਘਦੇ ਫੁੱਲ ਨੂੰ ਵੇਖਿਆ ਕੰਡੇ ਨੂੰ ਗਿਲਾ ਨਹੀਂ ਕੀਤਾ ਤੁਹਾਨੂੰ ਫੁੱਲ ਵੱਲ ਧਿਆਨ ਖਿੱਚਿਆ ਗਿਆ ਫੁੱਲ ਬਹੁਤ ਸੋਹਣਾ ਹੈ ਪਿਆਰਿਓ ਸਹਿਬ ਕਹਿੰਦੇ ਜਦੋਂ ਕੋਈ ਰੱਬ ਨਾਲ ਜੁੜਦਾ ਹੈ ਨਾ ਉਹਨੂੰ ਕੰਡੇ ਤੇ ਫੁੱਲ ਇਕੱਠੇ ਹੀ ਨੇ ਪਰ ਉਹਨਾਂ ਦਾ ਧਿਆਨ ਫੁੱਲ ਹੀ ਖਿੱਚਦੇ ਨੇ ਕੰਡੇ ਹੀ ਨਜ਼ਰ ਆਉਂਦੇ ਹੈ ਰੱਬ ਦੇ ਸਾਰੇ ਦੀ ਫੁੱਲ ਬਣ ਕੇ ਉਹਨਾਂ ਨੂੰ ਨਜ਼ਰ ਆਉਂਦੇ ਤਾਂ ਪਰ ਉਹ ਆਪ ਦਿਖਾਵੇ ਤਰਸ ਕਰੇ ਤਾਂ ਬੱਚੇ ਨੇ ਅਗਲਾ ਸਾਧ ਸੰਗਤ ਕੀਆ ਖੇਲ ਬਣ ਮੇਲ ਤਮਾਸਾ ਵਾਹਿ ਗੁਰੂ ਤੇਰੀ ਸਭ ਰਚਨਾ ਇੱਥੇ ਕਾਫੀ ਮਸਿਆਰੀ ਵਾਹਿਗੁਰੂ ਕਹਿੰਦੇ ਸਾਰਾ ਖੇਲ ਵੱਡਾ ਤਮਾਸ਼ਾ ਵਾਹਿਗੁਰੂ ਜੀ ਤੁਹਾਡਾ ਹੀ ਰਚਿਆ ਹੋਇਆ ਤੁਸੀਂ ਇਹ ਰਚਨਾ ਰਚੀਏ ਤੂੰ ਜਲ ਚਲ ਗਗਨ ਪਿਆ ਪੂਰ ਰਹਿਆ ਅੰਮ੍ਰਿਤ ਤੇ ਨੀਚੇ ਜਾ ਕੇ ਬਚਨਾ ਪੰਕਤੀ ਫੇਰ ਪਰਮੇਸ਼ਰ ਤੇ ਸਤਿਗੁਰੂ ਦਾ ਮਿਲਾਪ ਇੱਕੋ ਰੂਪ ਵਿੱਚ ਕਿਵੇਂ ਤਾਕਰੇ ਕਹਿੰਦੇ ਜੀ ਤੁਸੀਂ ਜਲ ਚਲ ਆਕਾਸ਼ ਪਤਾਲਾਂ ਵਿੱਚ ਪੂਰ ਰਹੇ ਹੋ ਸਰਵ ਵਿਆਪਕ ਪਰ ਤੁਹਾਡੇ ਬਚਨ ਬੜੇ ਮਿੱਠੇ ਨੇ ਹੁਣ ਸਰਵ ਵਿਆਪੀ ਤੇ ਨਾ ਮਿੱਠੇ ਬਚਨ ਕਰਦਾ ਉਹ ਤੇ ਗੁਰੂ ਰਾਮਦਾਸ ਪਿਤਾ ਦੀ ਜ਼ੁਬਾਨ ਤੇ ਬਚਨ ਨਿਕਲ ਰਹੇ ਪਰਮੇਸ਼ਰ ਜੀ ਉੱਥੇ ਜਦੋਂ ਬੈਠ ਕੇ ਬਚਨ ਕਰਦੇ ਤੇ ਹਿਰਦੇ ਦੀ ਦਿਲ ਦੀ ਝੋਲੀ ਅੜ ਕਰੋ ਤੇ ਜਗਿਆਸ ਹੋ ਜਾ ਉਹਦੇ ਵਿੱਚ ਪੈਂਦੇ ਬਚਨ ਮਾਨੇ ਸਤਸੰਗਤ
ਇਹ ਕਹਿੰਦੇ ਕਿ ਅੰਮ੍ਰਿਤ ਦੇ ਮਿੱਠੇ ਬਚਨ ਸਤਿਗੁਰੂ ਜੀ ਦੇ ਰਸਨਾਂ ਤੋਂ ਅਗਲਾ ਬੱਚੇ ਵੀ ਮਾਨੇ ਬ੍ਰਹਮਾ ਦੇ ਰੁਦਰਾਦ ਕਾਲ ਕਾ ਕਾਲ ਨਿਰੰਜਨ ਜਤਨਾ ਗੁਰੂ ਰਾਮਦਾਸ ਪਿਤਾ ਪਰਮੇਸ਼ਰ ਜੀਓ ਤੁਹਾਨੂੰ ਬ੍ਰਹਮਾ ਆਦਿਕ ਰੁਦਰ ਆਦਿਕ ਸ਼ਿਵ ਜੀ ਆਦਿਕ ਨੇ ਮੰਨਿਆ ਕਾਲ ਦਾ ਕਾਲ ਮਹਾਕਾਲ गुरु का प्रसाद लैके अड्डी चोटी का जोर धारण है महाराज की कृपा कैसे लैके ख्याल नहीं लैनी कृपा लैनी है प्यारे लोग राय नहीं लैनी कृपा लैनी है गुर प्रसाद दे नाल परमार्थ ना परम अर्थ ओ खेड़ जिहड़ी अंदरों सुख देंदी वाहिगुरू दे घर दी रूहानियत दी कहिंदे जो किवें गुर प्रसाद वरतदा है कि जो ओ जिहड़ा तुसीं वरता रहे हो ते ओहदे नाल असीं तर जांदे हां ਕਹਿੰਦੇ ਸਤ ਸੰਗਤ ਛੇਤੀ ਮਨ ਖਚਣਾ ਸਤ ਸੰਗਤ ਵਿੱਚ ਆਪਣੇ ਮਨ ਨੂੰ ਖੱਚਰ ਕੀ ਕਰ ਲਓ ਹੈ ਹੋਰ ਕੋਈ ਸੁਝੇ ਨਾ ਸਤ ਸੰਗਤ ਦੀ ਧਿਆਨ ਖਿੱਚੀ ਰੱਖੇ ਸਾਡਾ ਸਤ ਖਿੱਚੀ ਰੱਖੇ ਅੰਦਰੋਂ ਵਾਹਿਗੁਰੂ ਉਹਦੀ ਸਤ ਸੰਗਤ ਖਿੱਚੇ ਧਿਆਨ ਮਾਇਆ ਦੇ ਕਾਰਨ ਧਿਆਨ ਕੰਮ ਤੇ ਗਿਆਨ ਕਿੰਨਾ ਕੁ ਸੰਗਤ ਧਿਆਨ ਖਿੱਚ ਦੇ ਤੇ ਲੋਕ ਕੀ ਚੇਤਾ ਆਉਂਦੇ ਰਹਿ ਹੌਲੀ ਹੌਲੀ ਬੇਨਤੀਆਂ ਅਰਦਾਸਾਂ ਕਰਾਂਗੇ ਅੱਜ ਤੁਰਾਂਗੇ ਕੱਲ ਪਹੁੰਚਾਂਗੇ ਵੀ ਜੇ ਤੁਰਾਂਗੇ ਨਾ ਤੇ ਪਹੁੰਚਣਾ ਕਿੱਚੋਂ ਹੈ ਪਿਆਰੇ ਹੋ ਸਤਿਗੁਰੂ ਜੀ ਇਹ ਕਿੱਚੋਂ ਹੈ ਕਹਿੰਦੇ ਸਤ ਸੰਗਤ ਲਾ ਰੋਜ਼ ਪੜ੍ਹਦੇ ਹੋ ਨਾ ਸਤ ਸੰਗਤ ਮਿਲੇ ਸੋ ਕਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਕਰਿਆ ਮੇਰੇ ਸਾਰਾ ਲੋਕ ਪਰਲੋਕ ਸੁਖੇਲਾ ਹੋਏਗਾ।
इन वचन प्रमाण करने पुल चुप दिखे मां अगले सुनिया विच पाटन पट्टां दे वचन फिर आपा कल दर्शन करांगे और केड़ी चीज ते दर्शन करांगे चाह मुलाकात करांगे सतगुरु चोरी अंदर नाम ते संग दी दात पाठ पति बुलाओ आखो जी वाहिगुरु जी का खालसा।